ਮੰਦਭਾਗੀ ਖਬਰ ਕੈਨੇਡਾ ਤੋਂ ਆ ਰਹੀ ਹੈ ਜਿੱਥੇ ਇੱਕ ਹੋਰ ਪੰਜਾਬੀ ਨੌਜਵਾਨ ਦੀ ਮੌਤ ਹੋ ਗਈ ਹੈ। ਹੁਸ਼ਿਆਰਪੁਰ ਦੇ ਦਸੂਹਾ ਦੇ ਨੌਜਵਾਨ ਦੀ ਕਰਨਵੀਰ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋਈ ਹੈ। ਮ੍ਰਿਤਕ 4 ਸਾਲ ਪਹਿਲਾਂ ਹੀ ਕੈਨੇਡਾ ਗਿਆ ਸੀ ਅਤੇ ਉੱਥੇ ਹੀ ਰਹਿ ਰਿਹਾ ਸੀ। ਟੋਰਾਂਟੋ ਤੋਂ ਮੰਦਭਾਗੀ ਖਬਰ ਸਾਹਮਣੇ ਆ ਰਹੀ ਹੈ ਜਿੱਥੇ ਪੰਜਾਬ ਦੇ ਇੱਕ ਹੋਰ ਨੌਜਵਾਨ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ ਹੈ। ਇਸ ਖਬਰ ਤੋਂ ਬਾਅਦ ਹੁਸ਼ਿਆਰਪੁਰ ਦੇ ਪਿੰਡ ਦਸੂਹਾ ਵਿੱਚ ਸ਼ੋਕ ਦੀ ਲਹਿਰ ਫੈਲੀ ਹੋਈ ਹੈ। ਘੋਗਰਾ ਪਿੰਡ ਦਾ ਵਸਨੀਕ ਸੀ ਇਹ ਨੌਜਵਾਨ, ਜਿਸ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ ਹੈ। ਕੈਨੇਡਾ ਦੀ ਧਰਤੀ 'ਤੇ ਇੱਕ ਹੋਰ ਪੰਜਾਬੀ ਦੀ ਜਾਨ ਚਲੀ ਗਈ ਹੈ। ਹੁਸ਼ਿਆਰਪੁਰ ਦੇ ਨੌਜਵਾਨ ਦੀ ਕੈਨੇਡਾ ਦੇ ਟੋਰਾਂਟੋ ਵਿੱਚ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋਈ ਹੈ। ਮੌਤ ਦੀ ਖਬਰ ਤੋਂ ਬਾਅਦ ਪੂਰਾ ਪਰਿਵਾਰ ਸਦਮੇ ਵਿੱਚ ਹੈ। ਮ੍ਰਿਤਕ ਨੌਜਵਾਨ ਦੀ ਉਮਰ 23 ਸਾਲ ਦੱਸੀ ਜਾ ਰਹੀ ਹੈ। ਕਰਨਵੀਰ ਦਸੂਹਾ ਦੇ ਪਿੰਡ ਘੋਗਰਾ ਦਾ ਵਸਨੀਕ ਸੀ। ਹਾਸਲ ਜਾਣਕਾਰੀ ਅਨੁਸਾਰ ਇਹ ਨੌਜਵਾਨ ਇਸ ਸਮੇਂ ਟੋਰਾਂਟੋ ਵਿੱਚ ਰਹਿ ਰਿਹਾ ਸੀ ਅਤੇ ਉੱਥੇ ਹੀ ਕੰਮ ਕਰ ਰਿਹਾ ਸੀ। ਆਪਣੀ ਪੜ੍ਹਾਈ ਪੂਰੀ ਕਰ ਚੁੱਕਾ ਸੀ ਅਤੇ ਇਸਨੇ ਪੀ ਆਰ ਦੀ ਫਾਈਲ ਲਗਾਈ ਹੋਈ ਸੀ। ਤਾਂ ਦਸੂਹਾ ਦੇ ਪਿੰਡ ਘੋਗਰਾ ਤੋਂ ਸੋਗ ਦੀ ਲਹਿਰ ਫੈਲੀ ਹੋਈ ਹੈ। ਇੱਥੇ ਦੇ ਨੌਜਵਾਨ ਦੀ ਕੈਨੇਡਾ ਵਿੱਚ ਮੌਤ ਹੋ ਗਈ ਹੈ। ਦਸੂਹਾ ਤੋਂ ਨਵਦੀਪ ਸਾਡੇ ਨਾਲ ਜੁੜਦੇ ਨੇ। ਨਵਦੀਪ, ਕਿਸ ਤਰ੍ਹਾਂ ਦਾ ਮਾਹੌਲ ਹੈ ਪਿੰਡ ਵਿੱਚ, ਕਿਉਂਕਿ ਇੱਕ ਨੌਜਵਾਨ ਦਾ ਜਾਣਾ ਪਰਿਵਾਰ ਲਈ ਵੱਡੇ ਸਦਮੇ ਦੀ ਗੱਲ ਹੈ? ਜੀ, ਇਹ ਦੱਸਣਾ ਚਾਹੁੰਦਾ ਕਿ ਜਿਸ ਤਰ੍ਹਾਂ ਪਤਾ ਹੈ ਕੈਨੇਡਾ ਤੋਂ ਇੱਕ ਜਿਹੜੀ ਦੁਖਦਾਈ ਖਬਰ ਸਾਹਮਣੇ ਆਈ, ਜਿੱਥੇ ਟੋਰਾਂਟੋ ਸ਼ਹਿਰ ਵਿੱਚ ਪੰਜਾਬ ਦੇ ਹੁਸ਼ਿਆਰਪੁਰ ਜ਼ਿਲ੍ਹੇ ਦੇ ਇੱਕ ਨੌਜਵਾਨ ਦਾ ਜਿਹੜਾ ਦਿਲ ਦਾ ਦੌਰਾ ਪੈਣ ਕਾਰਨ ਜਿਹੜੀ ਮੌਤ ਹੋ ਗਈ ਹੈ। ਮ੍ਰਿਤਕ ਨੌਜਵਾਨ ਦੀ ਪਹਿਚਾਣ ਜਿਹੜਾ ਮ੍ਰਿਤਕ ਨੌਜਵਾਨ ਕਰਨਜੀਤ ਸਿੰਘ ਬਾਜਵਾ ਪੁੱਤਰ ਜਸਵੰਤ ਸਿੰਘ ਵਾਸੀ ਘੋਗਰਾ ਹਲਕਾ ਦਸੂਹਾ ਦਾ ਰਹਿਣ ਵਾਲਾ ਸੀ। ਮੌਤ ਦੀ ਖਬਰ ਤੋਂ ਬਾਅਦ ਜਿਹੜਾ ਪੂਰੇ ਪਰਿਵਾਰ ਅਤੇ ਪੂਰੇ ਇਲਾਕੇ ਦੇ ਵਿੱਚ ਜਿਹੜਾ ਇਹ ਸੋਗ ਦੀ ਲਹਿਰ ਹੈ। ਮ੍ਰਿਤਕ ਦੇ ਚਾਚਾ ਸਤਪਾਲ ਸਿੰਘ ਬਾਜਵਾ ਨੇ ਜਿਹੜਾ ਦੱਸਿਆ ਕਿ ਕਰਮਵੀਰ ਸਿੰਘ ਬਾਜਵਾ, ਜਿਸਦੀ ਜੋ ਕਿ 4 ਸਾਲ ਪਹਿਲਾਂ ਹੀ ਕੈਨੇਡਾ ਗਿਆ ਸੀ ਤੇ ਜਿਸਦੀ ਬੀਤੇ ਦਿਨੀ ਮੌਤ ਹੋ ਗਈ, ਉਸ ਜਦੋਂ ਜਿਸਨੂੰ ਪੜ੍ਹਾਈ ਲਈ ਕੈਨੇਡਾ ਭੇਜਿਆ ਗਿਆ ਸੀ, ਮੇਰੇ ਛੋਟੇ ਭਰਾ ਦੇ ਮੁੰਡੇ ਵੀ ਕੈਨੇਡਾ ਵਿੱਚ ਸਨ ਤੇ ਉਹ ਉਹਨਾਂ ਦੇ ਨਾਲ ਜਦੋਂ ਮਿਲਣ ਲਈ ਗਿਆ ਤੇ ਜਦੋਂ ਰਾਤ ਨੂੰ ਸੌਣ ਤੋਂ ਬਾਅਦ ਜਦੋਂ ਸਵੇਰੇ ਉਸਨੂੰ ਉਠਾਉਣ ਦੀ ਕੋਸ਼ਿਸ਼ ਕੀਤੀ ਗਈ ਤਾਂ ਉਹ ਉੱਠਿਆ ਨਹੀਂ ਤੇ ਜਦੋਂ ਉਸਦੇ ਭਰਾਵਾਂ ਵੱਲੋਂ ਉਸਨੂੰ ਹਿਲਾਇਆ ਗਿਆ ਤਾਂ ਜਿਸ ਤੋਂ ਬਾਅਦ ਪਤਾ ਚੱਲਿਆ ਕਿ ਉਸਦੀ ਜਿਹੜੀ ਮੌਤ ਹੋ ਚੁੱਕੀ ਹੋਈ ਹੈ। ਨਵਦੀਪ, ਇਹਨਾਂ ਦੇ ਪਰਿਵਾਰ ਦੇ ਹੋਰ ਮੈਂਬਰਾਂ ਨਾਲ ਤੁਹਾਡੀ ਗੱਲਬਾਤ ਹੋਈ ਹੋਵੇ ਜਾਂ ਉਹਨਾਂ ਦਾ ਕੁਝ ਕਹਿਣਾ ਹੈ ਇਸ ਬਾਰੇ? ਜੀ, ਪਰਿਵਾਰ ਦੇ ਮੈਂਬਰਾਂ ਨਾਲ ਜਿਹੜੀ ਗੱਲਬਾਤ ਹੋਈ ਹੈ, ਜਿਹੜਾ ਮ੍ਰਿਤਕ ਲੜਕਾ ਇਸਦੇ ਚਾਚਾ ਜੀ ਨਾਲ ਗੱਲਬਾਤ ਹੋਈ ਆ, ਉਹਨਾਂ ਨੇ ਦੱਸਿਆ ਕਿ ਜਿਹੜਾ ਇਹ ਨੌਜਵਾਨ ਹੈ ਇਹ ਕੁਝ ਜਿਹੜਾ ਬਹੁਤ ਠੀਕ ਮਤਲਬ ਕਿ ਇੱਕ ਸ਼ਰੀਫ ਸੀਗਾ ਤੇ ਕੁਝ ਸਾਲ ਜਿਹੜਾ ਪਹਿਲੇ ਵਿਦੇਸ਼ ਗਿਆ ਸੀ। ਜਦੋਂ ਇਹਦੀ ਮਤਲਬ ਕਿ ਇਹ ਮੌਤ ਹੁੰਦੀ ਹੈ ਤੇ ਪਰਿਵਾਰ ਦੇ ਵਿੱਚ ਕਾਫੀ ਸਦਮਾ ਹੁੰਦਾ ਤੇ ਇਹਦਾ ਜਿਹੜਾ ਪਿਤਾ ਹੈਗਾ, ਪਿਤਾ ਦੀ 10 ਸਾਲ ਪਹਿਲਾਂ ਜਿਹੜੀ ਮੌਤ ਹੋ ਜਾਂਦੀ ਹੈ ਕਿਉਂਕਿ ਉਹ ਵੀ ਜਿਹੜੇ ਬਿਜ਼ਨਸ ਵਿਭਾਗ ਦੇ ਵਿੱਚ ਹੁੰਦੇ ਤੇ ਇਕੱਲਾ ਹੀ ਜਿਹੜਾ ਇਹ ਇੱਕ ਇਹਦੀ ਭੈਣ ਹੈ ਤੇ ਕੇ ਹੈ ਤੇ ਇਹਦੇ ਮਦਰ ਜਿਹੜੇ ਇਕੱਲੇ ਇੱਥੇ ਪੰਜਾਬ ਦੇ ਵਿੱਚ ਘਰ ਰਹਿੰਦੇ ਨੇ। ਹਾਲੇ ਮਾਤਾ ਨੂੰ ਇਹਨਾਂ ਦੀ ਇਹਨੂੰ ਨਹੀਂ ਦੱਸਿਆ ਸੀ ਜਿਹੜੀ ਮੌਤ ਦੀ ਖਬਰ ਸੀ, ਮਾਤਾ ਨੂੰ ਹਾਲੇ ਇਹ ਨਹੀਂ ਜਾਣਕਾਰੀ ਦਿੱਤੀ, ਉਹਨਾਂ ਨੂੰ ਇਹ ਦੱਸਿਆ ਜਾ ਰਿਹਾ ਕਿ ਮੁੰਡਾ ਇਹ ਜਿਹੜਾ ਸੀਰੀਅਸ ਹੈਗਾ ਤੇ ਬਾਕੀ ਇਸ ਤੋਂ ਇਲਾਵਾ ਉਹਨਾਂ ਦਾ ਇਹ ਕਹਿਣਾ ਕਿ ਜਦੋਂ ਵੀ ਇਹ ਮ੍ਰਿਤਕ ਦੇਹ ਜਿਹੜੀ ਪੰਜਾਬ ਪਹੁੰਚਦੀ ਹੈ ਤਾਂ ਉਸ ਤੋਂ ਬਾਅਦ ਜਿਹੜੀ ਉਸਦੀ ਮਾਤਾ ਨੂੰ ਦੱਸਿਆ ਜਾਏਗਾ। ਜੀ ਜੀ ਜੀ। ਤਾਂ ਹੁਸ਼ਿਆਰਪੁਰ ਦੇ ਦਸੂਹਾ ਤੇ ਪਿੰਡ ਘੋਗਰਾ ਦੇ ਨਿਵਾਸੀ ਨੌਜਵਾਨ ਦੀ ਮੌਤ ਹੋਈ ਹੈ ਕੈਨੇਡਾ ਵਿੱਚ ਟੋਰਾਂਟੋ ਵਿੱਚ। ਕਰਨਵੀਰ ਦੀ ਉਮਰ ਮਹਿਜ 23 ਸਾਲ ਸੀ, ਪੜ੍ਹਾਈ ਲਈ ਗਿਆ ਹੋਇਆ ਸੀ। 4 ਸਾਲ ਪਹਿਲਾਂ ਹੀ ਉਹ ਕੈਨੇਡਾ ਗਿਆ ਸੀ, ਆਪਣੀ ਪੜ੍ਹਾਈ ਪੂਰੀ ਕਰ ਚੁੱਕਾ ਸੀ, ਪੀ ਆਰ ਦੀ ਫਾਈਲ ਉਸ ਵੱਲੋਂ ਲਗਾਈ ਗਈ ਸੀ। ਦੱਸਿਆ ਜਾ ਰਿਹਾ ਹੈ ਕਿ ਇਹ ਆਪਣੇ ਚਾਚੇ ਦੇ ਮੁੰਡਿਆਂ ਨਾਲ ਕੁਝ ਦਿਨ ਪਹਿਲਾਂ ਹੀ ਇੱਕ ਥਾਂ 'ਤੇ ਇਕੱਠੇ ਹੋਏ ਸੀ, ਟੋਰਾਂਟੋ ਵਿੱਚ ਹੀ ਪਹੁੰਚੇ ਸੀ ਇਸ ਦੇ ਚਾਚੇ ਦੇ ਲੜਕੇ, ਜਿਸ ਤੋਂ ਬਾਅਦ ਇਹਨਾਂ ਨੇ ਕਾਫੀ ਇੰਜੋਏ ਕੀਤਾ ਸੀ। ਉਸ ਤੋਂ ਬਾਅਦ ਜਦੋਂ ਇਹ ਸੋਇਆ ਤਾਂ ਇਹ ਮੁੜ ਕੇ ਉੱਠ ਨਹੀਂ ਸਕਿਆ, ਹਾਲਾਂਕਿ ਇਸ ਨੂੰ ਉਠਾਉਣ ਦੀ ਕੋਸ਼ਿਸ਼ ਕੀਤੀ, ਨਹੀਂ ਉੱਠਿਆ ਤਾਂ ਇਸ ਨੂੰ ਹਸਪਤਾਲ ਲਿਜਾਇਆ ਗਿਆ ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤ ਐਲਾਨ ਦਿੱਤਾ। ਦੱਸਿਆ ਜਾ ਰਿਹਾ ਹੈ ਕਿ ਮ੍ਰਿਤਕ ਕਰਨਵੀਰ ਦੇ ਪਿਤਾ ਜਸਵੰਤ ਸਿੰਘ ਪੰਜਾਬ ਪੁਲਿਸ ਦੇ ਵਿਜੀਲੈਂਸ ਵਿਭਾਗ ਵਿੱਚ ਸੀ। 2010 ਵਿੱਚ ਉਹਨਾਂ ਦੀ ਵੀ ਸੜਕ ਹਾਦਸੇ ਵਿੱਚ ਮੌਤ ਹੋ ਗਈ ਸੀ। ਕਰਨਵੀਰ ਆਪਣੇ ਮਾਪਿਆਂ ਦਾ ਇਕਲੌਤਾ ਪੁੱਤਰ ਸੀ, ਜਿਸ ਨੌਜਵਾਨ ਦੀ ਕੈਨੇਡਾ ਦੇ ਟੋਰਾਂਟੋ ਵਿੱਚ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋਈ ਹੈ। ਤਾਂ ਪਿੰਡ ਵਿੱਚ ਸੋਗ ਦੀ ਲਹਿਰ ਫੈਲੀ ਹੋਈ ਹੈ, ਮਾਪਿਆਂ ਤੱਕ ਕਾਫੀ ਵੱਡੀ ਖਬਰ ਹੈ, ਉਹਦੀ ਮਾਤਾ ਤੱਕ ਇਹ ਖਬਰ ਨਹੀਂ ਪਹੁੰਚਾਈ ਗਈ। ਉਹਨਾਂ ਨੂੰ ਦੱਸਿਆ ਜਾ ਰਿਹਾ ਕਿ ਉਹ ਫਿਲਹਾਲ ਹਸਪਤਾਲ ਵਿੱਚ ਹੈ।
ਤਾਂ ਵੱਡੀ ਦੁਖਦਾਈ ਖਬਰ ਸਾਹਮਣੇ ਆ ਰਹੀ ਹੈ ਕੈਨੇਡਾ ਤੋਂ, ਜਿੱਥੇ ਪੰਜਾਬ ਦੇ ਇੱਕ ਹੋਰ ਨੌਜਵਾਨ ਦੀ ਮੌਤ ਹੋਈ ਹੈ। ਦਿਲ ਦਾ ਦੌਰਾ ਪੈਣ ਕਾਰਨ ਉਸ ਦੀ ਮੌਤ ਹੋਈ ਹੈ। ਸੌਣ ਤੋਂ ਬਾਅਦ ਉਹ ਉੱਠ ਨਹੀਂ ਸਕਿਆ, ਉਸ ਨੂੰ ਹਸਪਤਾਲ ਲਿਜਾਇਆ ਗਿਆ ਸੀ ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤ ਐਲਾਨ ਦਿੱਤਾ। ਪਿੰਡ ਦੇ ਸਰਪੰਚ ਦਾ ਇਸ ਪੂਰੇ ਮਾਮਲੇ ਤੇ ਇਸ ਘਟਨਾ ਤੋਂ ਬਾਅਦ ਕੀ ਕਹਿਣਾ ਹੈ ਉਹ ਵੀ ਜਾਣ ਲੈਂਦੇ। ਜਿਹੜਾ ਤੁਹਾਡੇ ਪਿੰਡ ਦਾ ਨੌਜਵਾਨ ਕਰਨਜੀਤ, ਉਹਦੀ ਕੈਨੇਡਾ ਵਿੱਚ ਮੌਤ ਹੋ ਗਈ ਹੈ, ਕੀ ਮਾਮਲਾ ਹੈ? ਬਹੁਤ ਮਾੜੀ ਖਬਰ ਸੁਣਨ ਨੂੰ ਆਈ ਹੈ ਜੀ। ਸਾਡੇ ਪਿੰਡ ਦਾ ਕਰਨਜੀਤ ਸਿੰਘ ਨੌਜਵਾਨ ਅੱਜ ਤੋਂ 4 ਸਾਲ ਪਹਿਲਾਂ ਸਟੱਡੀ ਬੇਸ 'ਤੇ ਕੈਨੇਡਾ ਗਿਆ ਸੀਗਾ ਅਤੇ ਮਨਭਾਤ ਦੀ ਖਬਰ ਸਾਨੂੰ ਸੁਣਨ ਨੂੰ ਆਈ ਹੈ ਵੀ ਉਹਦੀ ਅਚਾਨਕ ਹੀ ਮਤਲਬ ਮੌਤ ਹੋ ਗਈ ਹੈ। ਅਤੇ ਮੌਤ ਦਾ ਕਾਰਨ ਤਾਂ ਅਜੇ ਤੱਕ ਸਾਨੂੰ ਪੂਰਾ ਪੋਸਟਮਾਰਟਮ ਦੀ ਰਿਪੋਰਟ ਤੋਂ ਪਤਾ ਲੱਗੇਗਾ। ਅਸੀਂ ਸਰਕਾਰ ਅੱਗੇ ਵੀ ਅਪੀਲ ਕਰਦੇ ਹਾਂ, ਆਏ ਦਿਨ ਕੈਨੇਡਾ ਦੇ ਵਿੱਚ ਹਰੇਕ ਨੌਜਵਾਨ ਦੀ ਮੌਤ ਇੱਦਾਂ ਹੀ ਹੋ ਰਹੀ ਆ, ਅਤੇ ਪੰਜਾਬ ਸਰਕਾਰ ਅਤੇ ਸੈਂਟਰ ਸਰਕਾਰ ਅੱਗੇ ਅਪੀਲ ਕਰਦੇ ਹਾਂ ਵੀ ਉਹ ਉੱਥੇ ਜਾ ਕੇ ਪਤਾ ਕੀਤਾ ਜਾਵੇ ਵੀ ਕਿਉਂ ਨੌਜਵਾਨਾਂ ਦੀ ਇੱਦਾਂ ਮੌਤ ਹੋ ਰਹੀ ਆ। ਅਤੇ ਅਸੀਂ ਸਰਕਾਰ ਅੱਗੇ ਬੇਨਤੀ ਕਰਦੇ ਹਾਂ ਵੀ ਜਾ ਕੇ ਜ਼ਰੂਰ ਪਤਾ ਕੀਤਾ ਜਾਵੇ ਵੀ ਬਹੁਤ ਮਨਭਾਗੀ ਖਬਰ ਹੋਈ ਆ। ਸਾਡੇ ਪਿੰਡ ਸਾਰਾ ਇਸ ਵੇਲੇ ਸੋਗ ਦੇ ਵਿੱਚ ਹੀ ਡੁੱਬਿਆ ਹੋਇਆ ਹੈ। ਇਕਲੌਤਾ ਪੁੱਤਰ ਸੀਗਾ, ਮਾਂ ਬਾਪ ਦਾ ਇੱਕੋ ਹੀ ਸਹਾਰਾ ਸੀਗਾ। ਫਾਦਰ ਦੀ ਪਹਿਲਾਂ ਡੈਥ ਹੋ ਚੁੱਕੀ ਸੀ। ਸਰਪੰਚ ਸਾਹਿਬ, ਫਾਦਰ ਦੀ ਡੈਥ ਕਿੰਨੇ ਸਾਲ ਪਹਿਲਾਂ ਹੋਈ ਸੀ? ਤਕਰੀਬਨ 14-15 ਸਾਲ ਪਹਿਲਾਂ ਹੋ ਗਈ ਮੇਰੇ ਖਿਆਲ। 4 ਕੁ ਸਾਲ ਦਾ 5 ਸਾਲ ਦਾ ਸੀਗਾ ਇਹ ਲੜਕਾ। ਪੁਲਿਸ ਮੁਲਾਜ਼ਮ ਸੀ? ਹਾਂਜੀ ਹਾਂਜੀ, ਵਿਜੀਲੈਂਸ ਡਿਪਾਰਟਮੈਂਟ 'ਚ ਹੀ। ਬਹੁਤ ਨਿਕਲੇ ਸੁਭਾਅ ਦੇ ਸੀਗੇ, ਮਿਲਣਸਾਰ ਇਨਸਾਨ ਸੀਗੇ, ਸਾਰਾ ਪਰਿਵਾਰ ਹੀ ਮਿਲਣਸਾਰ ਇਨਸਾਨ ਆ। ਇਕਲੌਤਾ ਹੀ ਸਹਾਰਾ ਸੀ, ਹੁਣ ਕਹਿੰਦੇ ਮਾਪਿਆਂ ਦਾ ਜਿਹੜਾ ਕਰਨਜੀਤ, ਮਾਂ ਦਾ ਇਕੱਲਾ ਇਕੱਲਾ ਸਹਾਰਾ ਸੀ ਪਹਿਲੀ ਡੈਥ ਜੀ। ਦੋਨੋਂ ਭੈਣ ਭਰਾ ਨੇ, ਇਹ ਭੈਣ ਇਹਨਾਂ ਦੀ ਕੈਨੇਡਾ ਹੀ ਆ, ਬਾਅਦ ਵਿੱਚ ਕਰਨਜੀਤ ਸਿੰਘ ਸਟੱਡੀ ਵਾਸਤੇ ਗਿਆ ਸੀ। ਸਰ, ਜਿਹੜੀਆਂ ਆਏ ਦਿਨ ਦਾ ਨੌਜਵਾਨ ਪੰਜਾਬ ਦੇ ਜ਼ਿਆਦਾ ਹੋ ਰਹੇ, ਹੋਰ ਵੀ ਸਟੇਟਾਂ ਦੇ, ਕਿਸ ਤਰ੍ਹਾਂ ਮਤਲਬ ਕਿ ਸਰਕਾਰ ਨੂੰ ਲੱਗਦਾ ਹੈ ਅਤੇ ਪੂਰਾ ਸਖਤੀ ਨਾਲ ਜਿਹੜਾ? ਹਾਂਜੀ ਹਾਂਜੀ, ਸਰਕਾਰ ਨੂੰ ਚਾਹੀਦਾ ਹੈ ਵੀ ਉੱਥੇ ਉਹਨਾਂ ਦੇ ਡਿਪਾਰਟਮੈਂਟ, ਉੱਥੇ ਦੀ ਗੌਰਮੈਂਟ ਦੇ ਨਾਲ ਸੰਪਰਕ ਕਰਨ ਕੀ ਹੋ ਰਿਹਾ ਉੱਥੇ, ਸਾਨੂੰ ਵੀ ਪਤਾ ਲੱਗੇ। ਅਸੀਂ ਵੀ ਅੱਗੇ ਜਿਹੜੇ ਮਾਪਿਆਂ ਨੇ ਬੱਚੇ ਭੇਜਣੇ ਆ ਬਾਹਰ, ਉਹ ਵੀ ਬੜੇ ਪਰੇਸ਼ਾਨ ਨੇ ਵੀ ਉੱਥੇ ਕੀ ਗੱਲ ਕੀ ਆ ਵੀ ਨੌਜਵਾਨਾਂ ਦੀ।